कवारी वास्ते कोई पैसा ना लगे। कवारी की नौकरी लेने वास्ते कोई पैसा ना लगे, बिल्कुल उवें जिवें जिवें समुंदर दे विच तुसीं गोता ला के सुके निकले हो। फिर मैं जिम्मेवार सवारी अपने समान की आप जिम्मेवार है। 5,000 तो यह पत्ता बढ़ा के असी 18,000 रुपये महीना ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 710 ਦੇ ਕਰੀਬ ਨਵੇਂ ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਨਵੇਂ ਪਟਵਾਰੀਆਂ ਨੂੰ ਇੱਕ ਹੋਰ ਵੀ ਵੱਡੀ ਖੁਸ਼ਖਬਰੀ ਦਿੱਤੀ। ਮੁੱਖ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਇਹਨਾਂ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਦੌਰਾਨ 18,000 ਰੁਪਏ ਉਹਨਾਂ ਨੂੰ ਦਿੱਤੇ ਜਾਣਗੇ। ਜਿਵੇਂ ਹੀ ਉਹਨਾਂ ਦੀ ਟ੍ਰੇਨਿੰਗ ਖਤਮ ਹੋਵੇਗੀ ਉਹਨਾਂ ਨੂੰ ਪੇ ਸਕੇਲ ਦੇ ਨਾਲ ਬਣਦੇ ਮਾਨ ਪੱਤੇ ਵੀ ਦਿੱਤੇ ਜਾਣਗੇ। ਇਹ ਫੈਸਲਾ 1-2 ਦਿਨਾਂ ਅੰਦਰ ਲਾਗੂ ਹੋਵੇਗਾ। ਉਹਨਾਂ ਨੇ ਨਵੇਂ ਪਟਵਾਰੀਆਂ ਨੂੰ ਕਿਹਾ ਹੈ ਕਿ ਹੜਤਾਲ ਵਾਲਾ ਪੰਗਾ ਨਹੀਂ ਪੈਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਟਵਾਰੀ ਜਿੰਨੀ ਆਪਣੀ ਕਲਮ ਚਲਾਉਣਗੇ ਓਨੇ ਹੀ ਉਹਨਾਂ ਦੇ ਭੱਤੇ ਵਧਾਏ ਜਾਣਗੇ। ਜੇਕਰ ਕਲਮ ਛੱਡਣ ਦੀ ਗੱਲ ਕਰਨਗੇ ਤਾਂ ਫਿਰ ਇਸ ਲਈ ਉਹ ਖੁਦ ਹੀ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਉਹਨਾਂ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਕਿ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਵਾਸਤੇ ਇਸ਼ਤਿਹਾਰ ਦੇ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਕੋਲ ਕਦੇ ਵੀ ਖਜ਼ਾਨੇ ਦੀ ਕਮੀ ਨਹੀਂ ਹੁੰਦੀ ਹੈ। ਇਸ ਮੌਕੇ ਉਹਨਾਂ ਇਹ ਵੀ ਕਿਹਾ ਹੈ ਕਿ ਪਟਵਾਰੀਆਂ ਨੂੰ ਇਸ ਵਾਰ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੇ ਰਿਸ਼ਵਤ ਤੋਂ ਮਿਲੀਆਂ ਹਨ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਚਿੱਠੀਆਂ ਪਹੁੰਚੀਆਂ ਹਨ। ਤੁਹਾਡੀਆਂ ਮਾਵਾਂ, ਤੁਹਾਡੀਆਂ ਭੈਣਾਂ, ਤੁਹਾਡੇ ਰਿਸ਼ਤੇਦਾਰਾਂ ਨੇ ਸੁੱਖਣਾ ਸੁੱਖੀਆਂ ਹੋਣਗੀਆਂ। ਕਦੋਂ ਦੀਆਂ ਸੁੱਖਣਾ ਸੁੱਖੀਆਂ ਹੋਣਗੀਆਂ? ਪਰਮਾਤਮਾ ਮੇਰੇ ਬੱਚੇ ਨੂੰ ਸਰਕਾਰੀ ਨੌਕਰੀ ਮਿਲ ਜੇ ਤਾਂ ਕਬੀਲਦਾਰੀ ਘਰ ਦੀ ਲੀਹ 'ਤੇ ਆ ਜਾਊਗੀ, ਭੈਣ ਦਾ ਵਿਆਹ ਕਰ ਲਾਂਗੇ, ਆਹ ਕਰ ਲਾਂਗੇ। ਉਹ ਮਤਲਬ ਬਹੁਤ ਸਾਰਾ ਸੋਚਿਆ ਹੁੰਦਾ। ਅੱਜ ਵੀ ਬਹੁਤ ਸਾਰੀਆਂ ਮਾਵਾਂ ਨੇ ਖੰਡ ਵਾਲਾ ਦਹੀਂ ਖਵਾ ਕੇ ਭੇਜਿਆ ਹੋਊਗਾ ਇੱਥੇ ਕਿ ਜਾ ਪੁੱਤ ਜਾ ਕੇ ਅੱਜ ਨਿਯੁਕਤੀ ਪੱਤਰ ਲੈ ਕੇ ਆ ਅਤੇ ਆਪਣੇ ਘਰ ਦੀ ਕਬੀਲਦਾਰੀ ਸੁਧਰ ਜੂਗੀ, ਲੀਹ 'ਤੇ ਆ ਜੂਗੀ। ਬਹੁਤ ਵੱਡਾ ਦਿਨ ਹੁੰਦਾ ਜੀ ਕਿਸੇ ਮਿਹਨਤੀ ਪੜ੍ਹੇ ਲਿਖੇ, ਕਿਉਂਕਿ ਤੁਸੀਂ ਕੰਪੀਟੀਸ਼ਨ ਕਲੀਅਰ ਕਰਕੇ ਆਏ ਹੋ। ਦੱਸਿਆ ਗਿਆ ਨਾ ਕਿ 100,000 ਦੇ ਵਿੱਚੋਂ 710 ਕਲੀਅਰ ਹੋਏ ਨੇ। ਸੋ ਇਹਦਾ ਮਤਲਬ ਤੁਹਾਡੀ ਮਿਹਨਤ ਹੈ। ਇਹ ਤੁੱਕਾ ਨਹੀਂ ਲੱਗ ਸਕਦਾ ਹੈ, ਇਹ ਤੁੱਕੇ ਵਾਲਾ ਕੰਮ ਨਹੀਂ ਹੈਗਾ ਕਿ ਚੱਲ ਕੋਈ ਨਹੀਂ ਪੇਪਰ ਕਿਤੇ ਕੁਦਰਤੀ ਮੈਂ ਉਸੇ 20 ਸਵਾਲਾਂ ਦਾ ਰੱਟਾ ਲਾਇਆ ਸੀ ਉਹੀ 20 ਸਵਾਲਾਂ 'ਚੋਂ 15 ਆ ਗਏ ਨਾ। ਇਹ ਤੁਹਾਡੀ ਮਿਹਨਤ ਹੈ ਇਹਦੇ 'ਚ। ਸਵੇਰੇ 4 ਵਜੇ ਉੱਠ ਕੇ ਪੜ੍ਹਨਾ, ਜਿਵੇਂ ਕਹਿੰਦੇ ਸਾਧ ਬਣਨਾ ਪੈਂਦਾ ਜੀ। ਫਿਰ ਤੁਸੀਂ ਮੈਰਿਟ ਦੇ ਵਿੱਚ ਆਏ, ਫਿਰ ਤੁਸੀਂ ਅੱਜ ਦਾ ਦਿਨ ਆਇਆ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਤੁਸੀਂ ਜਿੰਨੇ ਬੈਠੇ ਹੋ ਇੱਕ ਵੀ ਬੰਦਾ ਉੱਠ ਕੇ ਕਹਿ ਦਿਓ ਕਿਸੇ MLA ਜਾਂ ਮੰਤਰੀ ਤੱਕ ਸਿਫਾਰਿਸ਼ ਕਰਨੀ ਪਈ? ਕੋਈ ਕਿਸੇ ਪ੍ਰਭਾਵਸ਼ਾਲੀ ਬੰਦੇ ਨੂੰ ਜਾਂ ਕੋਈ ਸਾਡੀ ਪਾਰਟੀ ਦੇ ਕਿਸੇ ਚੇਅਰਮੈਨ ਨੂੰ ਜਾਂ ਕਿਸੇ ਹੋਰ ਉਹਨੂੰ ਕੋਈ ਪੈਸੇ ਦੇਣੇ ਪਏ? ਤੁਹਾਨੂੰ ਘਰੇ ਚਿੱਠੀ ਆਈ ਤੁਹਾਨੂੰ ਘਰੇ ਬੁਲਾਵਾ ਹੋਇਆ ਨਾ ਕਿ ਆ ਜਾਓ? ਆ ਫਰਕ ਹੈ ਬਸ। ਹੁੰਦੇ ਪਹਿਲਾਂ ਵੀ ਸੀ ਭਰਤੀ, ਪੇਪਰ ਪਹਿਲਾਂ ਵੀ ਬਹੁਤ ਵਧੀਆ ਹੁੰਦੇ ਸੀ, ਨੰਬਰ ਪਹਿਲਾਂ ਵੀ ਬਹੁਤ ਵਧੀਆ ਆਉਂਦੇ ਸੀ, ਪਰ ਚੜਾਵੇ ਚੜ੍ਹਦੇ ਸੀ। ਉਹ ਅਹਿਦੇ 'ਚੋਂ ਆ ਗਿਆ, ਆਹ ਕੋਟੇ 'ਚੋਂ ਆ ਗਿਆ, ਚਲੋ ਜੀ, ਜਿਹੜੇ ਅਸਲੀ ਸੀ ਉਹ ਰਹਿ ਜਾਂਦੇ ਸੀ। ਸਹੀ ਸੀ ਨਾ, ਇੱਦਾਂ ਹੁੰਦਾ ਸੀ। ਔਰ ਪਟਵਾਰੀ ਵਾਸਤੇ ਕੋਈ ਪੈਸਾ ਨਾ ਲੱਗੇ। ਪਟਵਾਰੀ ਦੀ ਨੌਕਰੀ ਲੈਣ ਵਾਸਤੇ ਕੋਈ ਪੈਸਾ ਨਾ ਲੱਗੇ, ਬਿਲਕੁਲ ਉਵੇਂ ਜਿਵੇਂ ਜਿਵੇਂ ਸਮੁੰਦਰ ਦੇ ਵਿੱਚ ਤੁਸੀਂ ਗੋਤਾ ਲਾ ਕੇ ਸੁੱਕੇ ਨਿਕਲੇ ਹੋ। ਫਿਰ ਮੈਂ ਜ਼ਿੰਮੇਵਾਰ ਹੈਗਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਫਿਰ 5,000 ਤੋਂ ਇਹ ਪੱਤਾ ਵਧਾ ਕੇ ਅਸੀਂ 18,000 ਰੁਪਏ ਮਹੀਨਾ ਕਰ।
ब्यूरो रिपोर्ट पंजाब टुडे।